ਹਰਿਆਣੇ ਦੇ ਵਿੱਚ ਸਾਡੀ ਕਲਸ਼ ਅਸਥੀ ਯਾਤਰਾ ਚੱਲ ਰਹੀ, ਉਹ ਪੰਜਵੇਂ ਦਿਨ ਵਿੱਚ ਆ। ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 101 ਜਿਹੜੀ ਆ ਸ਼ਹੀਦੀ ਸਮਾਗਮ ਅਤੇ ਉੱਥੇ ਮਹਾਂਪੰਚਾਇਤ ਕਰਾਂਗੇ। 27 ਨੂੰ ਸੀਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ। ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ, ਉਹਦੇ ਵਾਸਤੇ ਅਸੀਂ ਸਾਰਿਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ, ਮਾਤਾਵਾਂ ਭੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ। ਉਦਣ ਬਰਜਰੰਗ ਪੂਣੀਆਂ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ। ਅਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾਂਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ, ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ, ਇਹ ਮਸਲੇ ਸਾਡੇ MSP ਦੇ ਮਸਲੇ, ਔਰ ਕਿਉਂਕਿ ਅਸੀਂ ਚਾਹੁੰਦੇ ਹੈਗੇ ਹਾਂ ਵੀ ਐਤਕੀ ਕੋਈ ਜਾਤ ਦੇ ਨਾਂ 'ਤੇ, ਕੋਈ ਧਰਮ ਦੇ ਨਾਂ 'ਤੇ, ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ 'ਤੇ, ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ 'ਤੇ ਲਕਸ਼ਣਾਂ ਨਾ ਘੁੰਮਣ। ਐਤਕੀ ਕਿਸਾਨਾਂ ਦੇ, ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ, ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋਊ। ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਬਾ ਚੱਲਣਾ ਵਾ, ਇਹਦੇ ਵਾਸਤੇ 10 ਨੂੰ, 20 ਨੂੰ, 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ, ਬਿਆਸ ਤੋਂ ਰਵਾਨਾ ਹੋਣਗੇ। ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਵਾਂ ਤੋਂ ਅਤੇ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਵਾ ਉਹ ਸ਼ੰਭੂ ਬਾਰਡਰ ਵੱਲ, ਅੰਮ੍ਰਿਤਸਰ ਤੋਂ ਇਕੱਲਾ ਗੁਰਦਾਸਪੁਰ ਤੋਂ ਅੱਡ, ਫਿਰੋਜ਼ਪੁਰ ਤੋਂ ਅੱਡ, ਕਪੂਰਥਲੇ ਤੋਂ, ਜਲੰਧਰ ਤੋਂ, ਹੁਸ਼ਿਆਰਪੁਰ ਤੋਂ, ਮੋਗੇ ਤੋਂ, ਇਹਦੋਂ ਗਾਂ ਜਲਾਲਾਬਾਦ ਤੋਂ, ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਦੇ। ਇਸ ਤਰ੍ਹਾਂ KMM ਦੇ, SKM ਰਾਜਨੀਤਿਕ ਦੇ, ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ, ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵੱਲ ਜਾਣਗੇ। ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ, ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਂਦੇ ਹੁੰਦੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ, ਆਟੋਮਾਸ ਵਰਗਾ ਵੀ ਲੈ ਹੋ, ਅਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੈ ਲਏ ਹੋਗੇ। ਤਾਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ, ਔਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ। ਧੰਨਵਾਦ। ਦੇਖੋ, ਚੋਣ ਜ਼ਾਬਤੇ ਦਾ ਆਪਣੇ 'ਤੇ ਕੋਈ ਅਸਰ ਨਹੀਂ ਹੈਗਾ। 40 ਦਿਨ ਸਰਕਾਰ ਨੂੰ ਦਿੱਤੇ ਸੀਗੇ, ਅੰਦੋਲਨ ਬਿਲਡ ਹੋ ਗਿਆ, ਜੂਨ ਦੇ ਵਿੱਚ ਨਵੀਂ ਸਰਕਾਰ ਆ ਜਾਣੀ ਆ, ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਅਤੇ ਵਿਸ਼ਾਲ ਕਰਾਂਗੇ, ਪੂਰੇ ਦੇਸ਼ ਵਿੱਚ ਮਹਾਂਪੰਚਾਇਤਾਂ ਸ਼ਹੀਦੀ ਸਮਾਗਮ ਕਰਾਵਾਂਗੇ। ਔਰ ਜਦੋਂ ਕੋਈ ਨਵੀਂ ਸਰਕਾਰ ਆਊਗੀ, ਜਿੱਥੇ ਅੱਜ ਅੰਦੋਲਨ ਖੜ੍ਹਾ ਉੱਥੇ ਹੋਰ ਵੱਡਾ ਹੋਊਗਾ। ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡਿਆਂ 'ਤੇ ਇਲੈਕਸ਼ਨ ਹੋਊਗੀ, ਜਿਹਦਾ ਸਾਨੂੰ ਇਹ ਮੋਰਚਾ ਜਿੱਤਣ ਵਿੱਚ ਫਾਇਦਾ ਹੋਊਗਾ। ਦੇਖੋ, ਸਾਡਾ ਸਪਸ਼ਟ ਹੈਗਾ ਵੀ 4 ਜੂਨ ਨੂੰ ਇੱਥੇ ਘੱਲੂਘਾਰਾ ਮਨਾਇਆ ਜਾਂਦਾ। ਸਟੇਟ ਨੇ ਜਿਹੜਾ ਘੱਟ ਗਿਣਤੀਆਂ ਦੇ ਇੱਕ ਵੱਡੇ ਸਥਾਨ 'ਤੇ ਹਮਲਾ ਕਰਕੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਇਹਦੇ ਨਾਲ ਪੰਜਾਬੀ ਉੱਦਣ, ਅਤੇ ਜਿਹੜੀ ਪਾਰਟੀ ਜਿੱਤੂਗੀ ਉਹ ਉੱਦਣ ਭੰਗੜੇ ਪਾਊਗੀ, ਬੇਸਿਕਲੀ ਗੱਲ ਤਾਂ ਤੁਹਾਨੂੰ ਪਤਾ। ਤਾਂ ਮੈਨੂੰ ਲੱਗਦਾ ਪੰਜਾਬ ਦੇ ਪੰਜਾਬੀਆਂ ਦੇ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਦੁਨੀਆ ਵਿੱਚ ਸਰਕਾਰ ਨੂੰ ਮੁੜ ਵਿਚਾਰਨਾ ਚਾਹੀਦਾ।